ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਬਿਆਨ ਆਇਆ ਹੈ ਕਿ ਅਗਰ ਉਸ ਵੇਲੇ ਆਈਕੇ ਗੁਜਰਾਲ ਦੀ ਗੱਲ ਜਿਹੜੀ ਹੈ ਨਰਸਿਮਹਾ ਰਾਵ ਮੰਨ ਲੈਂਦੇ ਤਾਂ 1984 ਦਾ ਕਾਂਡ ਨਹੀਂ ਹੁੰਦਾ। ਕੀ ਮੁੱਦਾ ਸੀ, ਹੋਇਆ ਕੀ ਸੀ ਅਤੇ ਕਿਆ ਕੌਨਸਪਰੈਸੀ ਚੱਲੀ ਹੋਈ ਸੀ? ਮੇਰੇ ਨਾਲ ਇਸ ਪੂਰੇ ਮਾਮਲੇ 'ਤੇ ਗੱਲਬਾਤ ਕਰਨ ਨੂੰ ਮੌਜੂਦ ਨੇ HS ਫੁਲਕਾ ਸਾਹਿਬ, ਜਿਨ੍ਹਾਂ ਨੇ ਕਈ 84 ਤੋਂ ਬਾਅਦ ਦੇ ਹੀ ਇਹਨਾਂ ਮਾਮਲਿਆਂ ਨੂੰ ਦੇਖ ਰਹੇ ਨੇ। ਇਹ ਜਿਹੜਾ ਬਿਆਨ ਹੈ ਇਹਦੇ ਕੀ ਮਾਇਨੇ ਕੱਢੇ ਜਾਣ? ਹੁਣ ਕਿਉਂ ਬੋਲੇ ਮਨਮੋਹਨ ਸਿੰਘ ਜੀ, ਕਿਸ ਤਰ੍ਹਾਂ ਦੇਖਿਆ ਜਾਏ ਇਸ ਬਿਆਨ ਨੂੰ? ਦੇਖੋ, ਪਹਿਲੀ ਗੱਲ ਤਾਂ ਜੋ ਮਨਮੋਹਨ ਸਿੰਘ ਜੀ ਨੇ ਬਿਆਨ ਦਿੱਤਾ ਬਿਲਕੁਲ ਸਹੀ ਦਿੱਤਾ, ਬਿਲਕੁਲ ਠੀਕ ਹੈ ਇਹ ਗੱਲ। ਮਨਮੋਹਨ ਸਿੰਘ ਜੀ ਬੋਲ ਰਹੇ ਸੀ ਆਈ ਕੇ ਗੁਜਰਾਲ ਜੀ ਦਾ 100 ਸਾਲ ਜੋ ਪੂਰੇ ਹੋਏ ਸੀ, ਉਹਦੇ ਬਰਥ ਦੇ 100th anniversary ਸੀ, ਉਸਦੇ ਫੰਕਸ਼ਨ 'ਤੇ ਬੋਲ ਰਹੇ ਸੀ। ਔਰ ਇਹ ਗੱਲ ਬਿਲਕੁਲ ਸਹੀ ਆ ਕਿ ਆਈ ਕੇ ਗੁਜਰਾਲ ਉਦੋਂ ਜਿਹੜੇ ਫੋਰਮਰ ਫੋਰਨ ਮਿਨਿਸਟਰ ਸੀ, ਉਹ ਜਾ ਕੇ ਨਰਸਿਮਹਾ ਰਾਓ ਨੂੰ ਮਿਲੇ ਸੀ, ਹੋਮ ਮਿਨਿਸਟਰ ਨੂੰ, ਅਤੇ ਉਹਨੂੰ ਕਿਹਾ ਸੀ ਕਿ ਆਰਮੀ ਜਲਦੀ ਤੋਂ ਜਲਦੀ ਬੁਲਾ। ਔਰ ਇਹ ਵੀ ਗੱਲ ਸਹੀ ਆ ਕਿ ਜੇਕਰ ਆਰਮੀ 1 ਨਵੰਬਰ ਨੂੰ ਸਵੇਰੇ ਬੁਲਾ ਲਈ ਜਾਂਦੀ ਤਾਂ ਇਹ ਜਿਹੜਾ ਨਰਸਿੰਗਾਰ ਸੀ, ਕਤਲੇਆਮ, ਇਹ ਰੁਕ ਸਕਦਾ ਸੀ। ਇਹ ਮਨਮੋਹਨ ਸਿੰਘ ਜੀ ਦਾ ਕਹਿਣਾ ਜੋ ਹੈ, ਇਹ ਮਿਸ਼ਰਾ ਕਮਿਸ਼ਨ ਦੀ ਰਿਪੋਰਟ ਦੇ ਬੇਸ ਦੇ ਉੱਤੇ ਮਨਮੋਹਨ ਸਿੰਘ ਜੀ ਕਹਿ ਰਹੇ ਆ। ਜਸਟਿਸ ਰੰਗਨਾਥ ਮਿਸ਼ਰਾ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਸੀ। 1985 ਵਿੱਚ ਰਾਜੀਵ ਗਾਂਧੀ ਦੀ ਸਰਕਾਰ ਨੇ ਉਹਨਾਂ ਨੂੰ ਇਹ ਇਨਕੁਆਇਰੀ ਕਮਿਸ਼ਨ ਅਪੁਆਇੰਟ ਕੀਤਾ ਸੀ। ਔਰ ਜਸਟਿਸ ਮਿਸ਼ਰਾ ਨੇ ਆਪਣੀ ਰਿਪੋਰਟ ਵਿੱਚ ਇਹ ਕਿਹਾ ਕਿ 1 ਨਵੰਬਰ ਨੂੰ 7000 ਆਰਮੀ ਦਿੱਲੀ ਵਿੱਚ ਪ੍ਰੈਜੈਂਟ ਸੀ, ਅਤੇ ਜੇਕਰ ਉਹ 7000 ਆਰਮੀ ਨੂੰ ਦਿੱਲੀ ਦੇ ਵਿੱਚ ਇਫੈਕਟਿਵਲੀ ਡਿਪਲੋਏ ਕਰ ਦਿੱਤਾ ਜਾਂਦਾ, ਉਹਨੂੰ ਲਗਾ ਦਿੱਤਾ ਜਾਂਦਾ ਦਿੱਲੀ ਦੀਆਂ ਸੜਕਾਂ 'ਤੇ, ਤਾਂ ਇਹ ਕਤਲੇਆਮ ਰੁਕ ਸਕਦਾ ਸੀ ਅਤੇ 2000 ਜ਼ਿੰਦਗੀਆਂ ਬਚ ਸਕਦੀਆਂ ਸੀ, ਮਤਲਬ ਕਿ 2000 ਸਿੱਖ ਬਚ ਸਕਦੇ ਸੀ। ਤੋ ਇਹ ਜੋ ਗੱਲ ਆ ਇਹ ਬਿਲਕੁਲ ਸਹੀ ਆ ਕਿ ਜੇਕਰ ਆਰਮੀ ਨੂੰ, ਇਹ ਜਿਵੇਂ ਆਈ ਕੇ ਗੁਜਰਾਲ ਨੇ ਸੁਜੈਸਟ ਕੀਤਾ, ਜੇਕਰ ਆਰਮੀ ਨੂੰ 1 ਤਰੀਕ ਨੂੰ ਸਵੇਰੇ ਹੀ ਬੁਲਾ ਲਿਆ ਜਾਂਦਾ ਤਾਂ ਕਤਲੇਆਮ ਰੁਕ ਸਕਦਾ ਸੀ। ਪਰ ਸਾਡੇ ਕੋਲ ਇਹ ਵੀ ਸਬੂਤ ਨੇ ਕਿ ਨਰਸਿਮਹਾ ਰਾਓ ਤਾਂ ਚਾਹੁੰਦੇ ਸੀ ਕਿ ਆਰਮੀ ਨੂੰ ਬੁਲਾਇਆ ਜਾਵੇ, ਪਰ ਉਸ ਟਾਈਮ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਉਹਨਾਂ ਦੇ ਦਫ਼ਤਰ ਨੇ ਆਰਮੀ ਨੂੰ ਬੁਲਾਉਣ ਨਹੀਂ ਦਿੱਤਾ। ਇਹ ਵੀ ਸਾਡੇ ਕੋਲ ਸਬੂਤ ਨੇ। ਸ਼ਾਂਤੀ ਭੂਸ਼ਣ ਜੋ ਫਾਰਮਰ ਲਾਅ ਮਿਨਿਸਟਰ ਸੀ ਉਸ ਵੇਲੇ, ਉਹ ਨਰਸਿਮਹਾ ਰਾਓ ਕੋਲ 1 ਨਵੰਬਰ ਨੂੰ ਸਵੇਰੇ ਗਏ। ਨਰਸਿਮਹਾ ਰਾਓ ਉਹਨਾਂ ਨੇ ਕਿਹਾ ਕਿ ਆਰਮੀ ਨੂੰ ਬੁਲਾ, ਇੱਥੇ ਬਹੁਤ ਜ਼ਿਆਦਾ ਹਿੰਸਾ ਭੜਕ ਪਈ ਆ। ਨਰਸਿਮਹਾ ਰਾਓ ਮੰਨ ਗਏ ਆਰਮੀ ਨੂੰ ਬੁਲਾਉਣ ਲਈ, ਅਤੇ ਨਰਸਿਮਹਾ ਰਾਓ ਨੇ ਫੋਨ ਕੀਤਾ ਰੈਕਸ ਫੋਨ 'ਤੇ। ਰੈਕਸ ਫੋਨ ਪ੍ਰਾਈਮ ਮਿਨਿਸਟਰ ਅਤੇ ਮਿਨਿਸਟਰਾਂ ਦੇ ਵਿੱਚ ਸਿੱਧਾ ਫੋਨ ਹੁੰਦਾ, ਉਹਨਾਂ ਨੇ ਫੋਨ ਕੀਤਾ ਅਤੇ ਫੋਨ ਕਰਕੇ ਦੂਜੇ ਸਾਈਡ 'ਤੇ ਜੋ ਸੀ ਬੰਦਾ ਉਹਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਕਿ ਆਰਮੀ ਬੁਲਾਈ ਜਾਏ, ਪਰ ਉਹ ਦੂਜੀ ਸਾਈਡ 'ਤੇ ਨਹੀਂ ਮੰਨਿਆ। ਉਹ ਸਾਫ਼ ਉੱਥੋਂ ਜ਼ਾਹਰ ਹੁੰਦਾ ਕਿ ਜੇ ਹੋਮ ਮਿਨਿਸਟਰ ਆਰਮੀ ਬੁਲਾਉਣਾ ਚਾਹੁੰਦਾ ਤਾਂ ਪ੍ਰਾਈਮ ਮਿਨਿਸਟਰ ਹੀ ਆ ਜਿਹੜਾ ਕਿ ਉਸਨੂੰ ਰੋਕ ਸਕਦਾ, ਅਤੇ ਉਹ ਪ੍ਰਾਈਮ ਮਿਨਿਸਟਰ ਸੀ ਜ਼ਿੰਮੇਵਾਰ ਜਿਹਨੇ ਕਿ ਆਰਮੀ ਨਹੀਂ ਬੁਲਾਈ। ਨਰਸਿਮਹਾ ਰਾਓ ਨੂੰ ਉਸ ਟਾਈਮ ਪੂਰਾ ਸਾਈਡਲਾਈਨ ਕਰ ਦਿੱਤਾ ਗਿਆ ਸੀ। 1 ਨਵੰਬਰ ਨੂੰ ਦੁਪਹਿਰ ਦੇ ਟਾਈਮ ਦੇ ਉੱਤੇ ਕਈ ਪ੍ਰੋਮੀਨੈਂਟ ਲੋਕ ਲਾਈਕ ਜਨਰਲ ਅਰੋੜਾ, ਪਤਵੰਤ ਸਿੰਘ, ਈਵਨ ਆਈ ਕੇ ਗੁਜਰਾਲ, ਇਹ ਨਰਸਿਮਹਾ ਰਾਓ ਦੇ ਘਰ ਗਏ। ਔਰ ਇਹਨਾਂ ਨੇ ਕਿਹਾ ਕਿ ਨਰਸਿਮਹਾ ਰਾਓ ਉੱਥੇ ਇਕੱਲਾ ਹੀ ਸੀ, ਬਿਲਕੁਲ ਆਪਣੇ ਬੈਡਰੂਮ 'ਚ ਬੈਠਾ ਸੀ, ਕੋਈ ਐਕਟੀਵਿਟੀ ਨਹੀਂ ਸੀ ਉਹਦੇ ਘਰ, ਅਤੇ ਨਰਸਿਮਹਾ ਰਾਓ ਦਾ ਪੂਰਾ ਸਾਈਡਲਾਈਨ ਕਰਤਾ ਸੀ। ਜਿੰਨੇ ਵੀ ਹੁਕਮ ਆ ਰਹੇ ਸੀ ਪ੍ਰਾਈਮ ਮਿਨਿਸਟਰ ਆਫਿਸ 'ਚੋਂ ਡਾਇਰੈਕਟਲੀ ਆ ਰਹੇ ਸੀ। ਤੋ ਆਰਮੀ ਨੂੰ ਨਾ ਬੁਲਾਉਣਾ ਇਹ ਪ੍ਰਾਈਮ ਮਿਨਿਸਟਰ ਰਾਜੀਵ ਗਾਂਧੀ ਅਤੇ ਉਹਦੇ ਦਫ਼ਤਰ ਦਾ ਹੀ ਫੈਸਲਾ ਸੀ, ਇਸ ਕਰਕੇ ਉੱਥੇ ਆਰਮੀ ਨਹੀਂ ਬੁਲਾਈ ਗਈ। ਕੀ ਲੱਗਦਾ ਇਹ ਜਿਹੜਾ ਬਿਆਨ ਆਇਆ ਹੈ, ਜਿਸ ਤਰ੍ਹਾਂ ਕਾਂਗਰਸ ਹਮੇਸ਼ਾ ਕਹਿੰਦੀ ਹੈ ਕਿ ਕੁਛ ਲੋਕਾਂ ਦਾ ਕੰਮ ਸੀ ਕਾਂਗਰਸ ਪਾਰਟੀ ਦੇ ਵਿੱਚ ਇਨਵੋਲਵ ਨਹੀਂ ਹੈ, ਤਾਂ ਹੁਣ ਡਾਇਰੈਕਟ ਮੰਨਿਆ ਜਾ ਸਕਦਾ ਕਾਂਗਰਸ ਪਾਰਟੀ ਦੀ ਇਨਵੋਲਵਮੈਂਟ ਹੈ, ਕਿਉਂਕਿ ਪੂਰਵ ਸਾਬਕਾ ਪ੍ਰਧਾਨ ਮੰਤਰੀ ਵੀ ਕਹਿ ਗਏ ਹੁਣ ਤਾਂ? ਨਾ ਬਿਲਕੁਲ, ਇਹ ਸਾਫ਼ ਇੱਥੋਂ ਜ਼ਾਹਰ ਹੁੰਦਾ ਕਾਂਗਰਸ ਪਾਰਟੀ ਦੀ ਇਨਵੋਲਵਮੈਂਟ। ਕਈ ਲੋਕ ਜਿਹੜੇ ਕਹਿੰਦੇ ਆ ਕਿ ਜੀ ਇਹਨਾਂ ਨੇ ਮਨਮੋਹਨ ਸਿੰਘ ਨੇ ਜੋ ਬਲੇਮ ਸ਼ਿਫਟ ਕਰਨ ਦੀ ਕੋਸ਼ਿਸ਼ ਕੀਤੀ ਆ, ਗਾਂਧੀ ਫੈਮਿਲੀ ਤੋਂ ਬਲੇਮ ਨਰਸਿਮਹਾ ਰਾਓ 'ਤੇ ਸ਼ਿਫਟ ਕਰਨ ਦੀ ਗੱਲ, ਇਹ ਗਲਤ ਗੱਲ ਆ। ਦੇਖੋ, ਮਨਮੋਹਨ ਸਿੰਘ ਜੀ ਪੋਲੀਟੀਸ਼ੀਅਨ ਘੱਟ ਨੇ ਅਤੇ ਸਟੇਟਸਮੈਨ ਜ਼ਿਆਦਾ ਨੇ। ਉਹਨਾਂ ਨੇ ਜੋ ਬਿਆਨ ਦਿੱਤਾ ਉਹ ਬਿਲਕੁਲ ਸਹੀ ਬਿਆਨ ਦਿੱਤਾ, ਅਤੇ ਨਾਲੇ ਉਹਨਾਂ ਦੇ ਬਿਆਨ ਦੇ ਨਾਲ ਜੇ ਹੋਮ ਮਿਨਿਸਟਰ ਜ਼ਿੰਮੇਵਾਰ ਆ ਤਾਂ ਸਰਕਾਰ ਵੀ ਜ਼ਿੰਮੇਵਾਰ ਆ, ਸਰਕਾਰ ਜ਼ਿੰਮੇਵਾਰ ਆ ਤਾਂ ਪ੍ਰਧਾਨ ਮੰਤਰੀ ਵੀ ਜ਼ਿੰਮੇਵਾਰ ਆ। ਇਹ ਤਾਂ ਸਾਫ਼ ਉੱਥੋਂ ਇਹ ਗੱਲ ਜ਼ਾਹਰ ਹੁੰਦੀ ਆ। ਹੁਣ ਦੇਖੋ ਇੱਕ ਗੱਲ ਹੋਰ, ਕੁਛ ਲੋਕਾਂ ਨੇ ਕਿਹਾ ਜੀ ਕਿ ਰਾਜੀਵ ਗਾਂਧੀ ਕਿਉਂ ਚਾਹੁੰਦੇ ਸੀ ਕਿ ਕਤਲੇਆਮ ਹੋਵੇ ਅਤੇ ਸਿੱਖਾਂ ਨੂੰ ਮਾਰਨਾ ਕਿਉਂ ਚਾਹੁੰਦੇ ਸੀ? ਦੇਖੋ, ਪਹਿਲੀ ਗੱਲ ਤਾਂ ਉਹ ਚਾਹੁੰਦੇ ਸੀ ਸਿੱਖਾਂ ਨੂੰ ਸਬਕ ਸਿਖਾਉਣਾ, ਦੂਜੀ ਗੱਲ ਉਹ ਰਾਜੀਵ ਗਾਂਧੀ ਦੀ ਮਾਨਸਿਕਤਾ ਐਸੀ ਸੀ ਜੋ ਕਿ ਸਾਫ਼ ਉਸ ਤੋਂ ਮਗਰੋਂ ਬਾਹਰ ਆਈ। ਉਹਨਾਂ ਨੇ ਕੁਛ ਦਿਨਾਂ ਬਾਅਦ ਬਿਆਨ ਦਿੱਤਾ, ਜਬ ਕੋਈ ਬੜਾ ਪੇੜ ਗਿਰਤਾ ਹੈ ਤੋ ਧਰਤੀ ਤੋਂ ਹਿਲਤੀ ਹੈ, ਮਤਲਬ ਕਿ ਇੰਦਰਾ ਗਾਂਧੀ ਇੱਕ ਬਹੁਤ ਵੱਡਾ ਪੇੜ ਸੀ, ਇੰਦਰਾ ਗਾਂਧੀ ਦੇ ਨਾਲ ਧਰਤੀ ਹਿੱਲੀ, ਧਰਤੀ ਹਿੱਲੀ ਅਤੇ ਹਜ਼ਾਰਾਂ ਸਿੱਖ ਉਹ ਧਰਤੀ ਦੇ ਵਿੱਚ ਸਮਾ ਗਏ। ਇਹ ਉਹਨਾਂ ਦੀ ਮਾਨਸਿਕਤਾ ਸੀ, ਮਾਇੰਡ ਸੈੱਟ ਸੀ, ਮਤਲਬ ਕਿ ਇਹ ਦਿਖਾਉਣ ਦੇ ਵਾਸਤੇ ਉਹਨੂੰ ਉਹ ਇਹ ਸੋਚਦੇ ਸੀ, ਇਹ ਦਿਖਾਉਣ ਦੇ ਵਾਸਤੇ ਕਿ ਇੰਦਰਾ ਗਾਂਧੀ ਬਹੁਤ ਵੱਡਾ ਲੀਡਰ ਆ, ਦੁਨੀਆ 'ਚ ਉਹਨੂੰ ਵੱਡਾ ਲੀਡਰ ਬਣਾਉਣ ਲਈ ਹਜ਼ਾਰਾਂ ਸਿੱਖਾਂ ਨੂੰ ਮਾਰਨਾ ਪਊਗਾ। ਅਤੇ ਇਸੇ ਕਰਕੇ ਉਹਨਾਂ ਨੇ ਇਹ ਜੋ ਨਰਸਿੰਗਾਰ ਸੀ ਨਾ ਕਿ ਸਿਰਫ ਚੱਲਣ ਦਿੱਤਾ,
बल्कि नरसिंगार नूं खुद बढ़ावा दिता और खुद उन्होंने भड़काइया तो अपने लीडरां नूं जगह जगह के उत्ते लगा के ये मॉब के अगे लगा के वह लीडरां नूं उन्हां दे कोलों एक कतलेआम खुद करवाया। ये जिहड़ा बयान है ये क्या कोर्ट के रखा जा सकता है, कोर्ट के पेश किया जा सकता है, क्योंकि कई मामलों में अखबारों की क्लिपिंग बयान रखे जाते हैं सामने, तो यदा ही है कोई अहमियत? देखो कोर्ट के सीधा तो नहीं, पर जो असं कहने कि जी ये एक नरसिंगार से एक जीनोसाइड से तो उस टाइम की सरकार ने जान के खुद करवाया उस वाले पासे एक बहुत वड्डा बयान आ। जीनोसाइड हाले तक भी इन मनिया नहीं गया? देखो सज्जन कुमार की जजमेंट तो हाई कोर्ट ने साफ कहा कि जीनोसाइड आ, और होम मिनिस्टर जो ये राजनाथ होम मिनिस्टर से उन्होंने अपने बयान कहा कि एक नरसिंगार से जो कि जीनोसाइड आ। तो बिल्कुल हुण बयान आया, बयान तो बाद शलाघा भी की जा रही कि हुण कम से कम कांग्रेस जिहड़ी हमेशा कहिंदी सी कि वो इनवॉल्व नहीं है इन्हां मामलों के इस कांड के उन्हां दा नाम खुल के सामने आ रहा है। हुण देखना होगा इस बयान ते अगे किन्ना इंपैक्ट पैंदा, क्योंकि हाले भी कई जिहड़े आरोपी ने इस पूरे मामले के उह बाहर घूम रहे हैं। दिल्ली तो कैमरा में लक्ष्य नाल नितिन निमान, दैनिक सवेरा टीवी। दैनिक सवेरा इस बार निकलिया एक अजिहे पेंडे ते जिथों साहिब श्री गुरु गोबिंद सिंह जी ने अपने परिवार समेत चाले पाए, जिथे कमासान जंगा होईयां, जिथे परिवार दा विछोड़ा पै गया। ਇੱਥੇ 10 ਲੱਖ ਫੌਜਾਂ ਦੇ ਨਾਲ ਲੜਦਿਆਂ ਵੱਡੇ ਸਾਹਿਬਜ਼ਾਦੇ ਤੇ 40 ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਜਿਨ੍ਹਾਂ ਰਾਹਾਂ ਤੇ ਦਾਦੀ ਮਾਂ ਦੇ ਨਾਲ ਚੱਲਦਿਆਂ ਛੋਟੇ ਸਾਹਿਬਜ਼ਾਦਿਆਂ ਦਾ ਅਡੋਲ ਸਿਦਕ ਪੋਦੀਆਂ ਠੰਡੀਆਂ ਰਾਤਾਂ ਵੀ ਮੱਠੀਆਂ ਕਰ ਗਿਆ। ਦੇਖਣਾ ਨਾ ਭੁੱਲਣਾ ਸ਼ਹੀਦੀ ਪੈਂਡੇ ਦੀਆਂ ਉਹ 6 ਰਾਤਾਂ ਜਿਸਨੇ ਸਿੱਖ ਕੌਮ ਦੇ ਵਿੱਚ ਇੱਕ ਵਿਲੱਖਣ ਇਤਿਹਾਸ ਸਿਰਜ ਦਿੱਤਾ। ਸਿਰਫ ਤੇ ਸਿਰਫ ਦੈਨਿਕ ਸਵੇਰਾ ਤੇ ਹਰ ਰੋਜ਼ ਸਵੇਰੇ 8 ਵਜੇ।